ऐसी मरनी जो मरे नानक, ऐसी मरनी जो मरे। ਮਹਾਰਾਜ ਦੀ ਬਾਣੀ ਹੈ ਇਹ। ਉਦੋਂ ਤੱਕ ਨਾ ਤੇ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਉਹ ਕਿਰਪਾਨਾਂ ਪਹਿਨੀਆਂ ਸਨ। ਉਸ ਵਕਤ ਦੀ ਇਹ ਬਾਣੀ ਉਚਾਰੀ ਹੋਈ ਹੈ ਤੇ ਹਰ ਸਿੱਖ ਸ਼ਹੀਦ ਨੂੰ ਇਹ ਚੇਤੇ ਹੈ कि क्या जाना कि वे मरेंगे। मैं की जाना, कोई नहीं जानता कि किमें मरांगे, कैसा मरना होए, किहो जी मौत आनी है ये कोई नहीं जानता। गुरु अमरदास महाराज कहते मैं भी नहीं जानता किदां मरांगा ते किदां दी मौत आएगी ये मैं नहीं जानता, पर मैं ये जरूर जानता कि जेकर साहेब मनो ना विसरे तां सहला मरना। सहला दा मतलब हुंदा है सौखा, बिना किसे तकलीफ दे, बिना किसे दुख दर्द दे ओ मरना है जे साहेब चेते रवे, जे साहेब ना भुले, जे वाहिगुरु चेते रवे ना मरन वेले ते मौत भी दुख नहीं जे दिंदी। फिर भावें तत्तियां तवियां ते बिठा दिओ, फिर भावें उबलदियां देगां चुबाल दिओ, फिर भावें सिर दे उत्ते तिखा आरा करके चीर दिओ, फिर भावें बंद बंद क्यों ना कटा दिओ, चरखड़ियां ते क्यों ना चढ़ा दिओ, तां सहला मरना होए वाली गल उत्थे कायम रहिंदी जे। सामने बैठे ने गुरु तेग बहादुर महाराज, पिंजरे विच डक्या होया, ते भाई मती दास नूं पुछया भी तू हुण मरण लगा अपनी आखरी ख्वाहिश दस दे की है।
ਕਹਿੰਦਾ ਜੀ ਮੇਰੀ ਆਖਰੀ ਖੁਆਇਸ਼ ਇਹ ਆ ਵੀ ਮੇਰਾ ਗੁਰੂ ਮੇਰੇ ਸਾਹਮਣੇ ਹੋਵੇ, ਜਦੋਂ ਮੈਂ ਆਖਰੀ ਸਵਾਸ ਲਵਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਚਿਹਰਾ ਅਤੇ ਉਹਨਾਂ ਦੇ ਦਰਸ਼ਨ ਕਰਦਾ ਹੋਇਆ, ਅਤੇ ਜਦੋਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਜੋਤ ਓਹਾ ਜੁਗਤ ਸਾਏ ਸ਼ਹਿ ਕਾਇਆਂ ਫੇਰ ਪਲਟੀਏ। ਕਾਇਆਂ ਦੀ ਪਲਟੀ ਹੋਈ ਹੈ, ਜੋਤ ਤੇ ਅਕਾਲ ਪੁਰਖ ਵਾਹਿਗੁਰੂ ਦੀ। ਨੌਵੇਂ ਜਾਮੇ 'ਚ ਵਾਹਿਗੁਰੂ ਦੇ ਹੀ ਦਰਸ਼ਨ ਕਰਦੇ ਹੋਏ ਇਹ ਤਿੰਨੋਂ ਸ਼ਹੀਦ ਜਿਹੜੇ ਨੇ ਇਹਨਾਂ ਨੇ ਆਖਰੀ ਸਵਾਸ ਲਿਆ, ਅਤੇ ਇਹ ਗੱਲਾਂ ਜੋ ਤੀਜੇ ਪਾਤਸ਼ਾਹ ਨੇ ਉਚਾਰੀਆਂ ਕਿ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਆਖਰੀ ਦਮ ਤੱਕ ਉਹਨਾਂ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਮੌਜੂਦ ਸਨ, ਅਤੇ ਉਹਨਾਂ ਦਾ ਧਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੀ। ਤਾਂ ਹੀ ਤਾਂ ਕੋਈ ਦੁੱਖ ਦਾ ਇਜ਼ਹਾਰ ਨਹੀਂ ਹੋ ਰਿਹਾ, ਤਾਂ ਹੀ ਤਾਂ ਕੋਈ ਸੀ, ਕੋਈ ਹਾਏ, ਕੋਈ ਤਕਲੀਫ ਨਹੀਂ ਹੋ ਰਹੀ, ਕਿਉਂਕਿ ਵਾਹਿਗੁਰੂ ਹਿਰਦੇ 'ਚ ਵਸਿਆ ਹੋਇਆ, ਵਾਹਿਗੁਰੂ ਵਸਿਆ, ਵਾਹਿਗੁਰੂ ਚੇਤੇ ਹੈ, ਤਾਂ ਸਹਿਲਾ ਮਰਨਾ ਹੋਇਆ। ਅਗਲੀਆਂ ਤੁਕਾਂ 'ਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਫਰਮਾਉਂਦੇ ਨੇ ਕਿ ਮਰਨੇ 'ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਈ। ਸਾਰੀ ਦੁਨੀਆ ਮਰਨ ਤੋਂ ਡਰਦੀ ਹੈ, ਅਤੇ ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਜਿਉਣ ਦੀ ਲੋੜ ਹੈ, ਮੈਂ ਜਿਉਣਾ ਚਾਹੁੰਦਾ। ਅਤੇ ਆਖਰੀ ਪੰਕਤੀ 'ਚ ਮਹਾਰਾਜ ਫਰਮਾਉਂਦੇ ਨੇ ਕਿ ਜੇਕਰ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਜਿਉਂਦੇ ਜੀ ਆਪਣੇ ਆਪੇ ਨੂੰ ਮਾਰ ਲੈਂਦੇ ਨੇ, ਆਪਣੀ ਹਉਮੈ ਨੂੰ ਮਾਰ ਲੈਂਦੇ ਨੇ, ਆਪਣੇ ਅੰਦਰੋਂ ਮੈਂ ਨੂੰ ਖਤਮ ਕਰ ਲੈਂਦੇ ਨੇ, ਹੁਕਮ ਨੂੰ ਬੁੱਝ ਕੇ, ਹੁਕਮ ਨੂੰ ਬੁੱਝਣਾ ਜ਼ਰੂਰੀ ਹੈ ਹਉਮੈ ਨੂੰ ਮਾਰਨ ਲਈ, ਕਿਉਂਕਿ ਇਹ ਦੋਨੋਂ ਵਿਪਰੀਤ ਨੇ, ਐਗਜੈਕਟਲੀ ਓਪੋਜ਼ਿਟ ਟੂ ਈਚ ਅਦਰ। ਹੁਕਮ ਦੀ ਥਿਉਰੀ ਇਸ ਫੈਕਟ 'ਤੇ ਖੜੀ ਹੈ ਕਿ ਵਾਹਿਗੁਰੂ ਸਭ ਕੁਝ ਕਰਦਾ, ਉਹਦੇ ਹੁਕਮ 'ਚ ਸਭ ਕੁਝ ਹੁੰਦਾ, ਅਤੇ ਹਉਮੈ ਦੀ ਜਿਹੜੀ ਥਿਉਰੀ ਹੈ ਨਾ ਉਹ ਇਸ ਗੱਲ 'ਤੇ ਖੜੀ ਹੈ ਵੀ ਮੈਂ ਬੜਾ ਸਿਆਣਾ, ਮੈਂ ਬੜਾ ਸ਼ਕਤੀਸ਼ਾਲੀ, ਮੈਂ ਕਰਦਾ ਹਾਂ, ਅਤੇ ਮੈਂ ਜੇ ਨਾ ਕੀਤਾ ਤਾਂ ਹੋਣਾ ਕੋਈ ਨਹੀਂ। ਇਹ ਹਉਮੈ ਦੀ ਬੁਨਿਆਦ ਹੈ, ਅਤੇ ਹੁਕਮ ਜਿਹੜਾ ਹੈ ਉਹ ਗੁਰਸਿੱਖ ਦੀ, ਗੁਰਮੁਖ ਦੀ ਬੁਨਿਆਦ ਹੈ। ਅਤੇ ਜਦੋਂ ਹੁਕਮ ਵਾਲੀ ਗੱਲ ਸਮਝ ਆ ਜਾਂਦੀ ਹੈ ਨਾ ਵੀ ਹੁਕਮ ਹੈ ਕੀ, ਪਹਿਲੇ ਪਾਤਸ਼ਾਹ ਨੇ ਬਿਲਕੁਲ ਕਲੀਅਰ ਸਪਸ਼ਟ ਕਰ ਦਿੱਤਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਅਤੇ ਮਹਾਰਾਜ ਕਿੱਥੇ ਮੁਕਾਉਂਦੇ ਨੇ ਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇੱਕ ਆਇਓਟਾ ਵੀ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਜੋ ਹੁੰਦਾ ਉਹਦੇ ਹੁਕਮ ਅਨੁਸਾਰ ਹੁੰਦਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਪਹਿਲੇ ਪਾਤਸ਼ਾਹ ਵੀ ਇਹੀ ਗੱਲ ਕਰਦੇ ਨੇ ਵੀ ਜਿਹਨੂੰ ਇਹ ਹੁਕਮ ਦੀ ਬੁਝਾਰਤ ਬੁੱਝੀ ਜਾਂਦੀ ਹੈ ਨਾ, ਉੱਥੇ ਫਿਰ ਹਉਮੈ ਦੀਆਂ ਨੌਂਦਰਾਨੀ 'ਚ ਫਸਦੀ, ਉੱਥੇ ਫਿਰ ਹਉਮੈ ਟਿਕ ਨਹੀਂ ਸਕਦੀ, ਹਉਮੈ ਦੇ ਟਿਕਣ ਦੀ ਥਾਂ ਨਹੀਂ ਰਹਿੰਦੀ, ਕਿਉਂਕਿ ਹੁਕਮ ਵਾਲੀ ਜਿਹੜੀ ਬੁਝਾਰਤ ਹੈ ਉਹ ਬੁੱਝੀ ਗਈ, ਹੁਕਮ ਦੀ ਘੁੰਡੀ ਜਿਹੜੀ ਹੈ ਸੋਲਵ ਹੋ ਗਈ। ਅਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਵੀ ਇਹੀ ਕਹਿੰਦੇ ਨੇ ਕਿ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਉਹੋ ਹੀ ਹੁਕਮ ਦੀ ਬੁਝਾਰਤ ਬੁੱਝਦਾ, ਅਤੇ ਉਹੋ ਹੀ ਜਿਉਂਦਿਆਂ ਜੀ ਆਪਣੀ ਹਉਮੈ ਨੂੰ ਮਾਰ ਸਕਦਾ ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਗੁਰੂ ਦੀ ਪ੍ਰਸੰਨਤਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ। ਹਰ ਇੱਕ ਜਗ੍ਹਾ ਇਹ ਦਿਹਾੜਾ ਮਨਾਇਆ ਜਾਣਾ ਚਾਹੀਦਾ, ਹਰ ਇੱਕ ਇਸ ਮੁਲਕ ਦੇ ਹਰ ਇੱਕ ਬੱਚੇ ਨੂੰ, ਹਰ ਇੱਕ ਇਨਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਭਾਰਤ ਦੀ ਆਜ਼ਾਦੀ ਦੇ ਵਿੱਚ ਕਿਹੜੇ ਕਿਹੜੇ ਸ਼ਹੀਦ ਨੇ, ਉਹਨਾਂ ਨੇ ਲਹੂ ਡੋਲਿਆ। ਇਹ ਭਾਰਤ ਦੀ ਆਜ਼ਾਦੀ ਕੋਈ 47 ਜਾਂ ਅੰਗਰੇਜ਼ਾਂ ਦੇ ਵੇਲੇ ਤੋਂ ਨਹੀਂ ਸ਼ੁਰੂ ਹੋਈ, ਭਾਰਤ ਦੀ ਆਜ਼ਾਦੀ ਉਦੋਂ ਤੋਂ
ਜਦੋਂ ਜਹਿਦ ਚੱਲਦੀ ਹੈ, ਜਦੋਂ ਬਾਹਰਲੇ ਹੁਕਮਰਾਨ ਆ ਕੇ ਸਾਡੇ 'ਤੇ ਹਮਲਾ ਕਰਕੇ ਅਤੇ ਸਾਡੇ 'ਤੇ ਰਾਜ ਕਰਦੇ ਰਹੇ ਜੇ, ਇਹ ਜਦੋਂ ਜਹਿਦ ਵਿੱਚ ਸਿੱਖ ਕੌਮ, ਸਿੱਖ ਗੁਰੂਆਂ ਅਤੇ ਸਿੱਖ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਹਰ ਇੱਕ ਸਿਟੀਜ਼ਨ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਡੀਆਂ ਵੱਡੀਆਂ, ਕਿੱਡੀਆਂ ਇਨਕੰਪੈਰੇਬਲ ਲਾਸਾਨੀ ਸ਼ਹਾਦਤਾਂ ਸਿੱਖ ਕੌਮ ਦੇ ਸ਼ਹੀਦਾਂ ਨੇ ਦਿੱਤੀਆਂ। ਇਹ ਸਾਡਾ ਫਰਜ਼ ਹੈ ਸਭ ਨੂੰ ਦੱਸਣਾ।